जलंधर की लंबा पीठ चौक के पास चल रही ये गुरु नानक क्लिनिक लेबोरेटरी पिछले 2 साल से लोगों के टेस्ट ना कर करीब 100 तरह की दवाएं रखकर अपनी दुकान चला रहा था। बुधवार को सुबह ड्रग इंस्पेक्टर ने ड्यूटी मजिस्ट्रेट व थाना रामा मंडी पुलिस के साथ मिलकर एक शिकायत के आधार पर रेड की। जब विभाग ने रेड की तो हैरान हो गए कि गुरु नानक क्लिनिक लेबोरेटरी के पास जो मोहाली के इंडस्ट्रियट के लेबोरेटरी का लाइसेंस था वह वैध नहीं था। यही नहीं, लेबोरेटरी का मालिक जो खुद को डॉक्टर बता रहा था, वहां पर लोगों का इलाज कर रहा था, वहां पर रूटीन में लगने वाली 102 तरह की दवाएं भी लोगों को बेच रहा था। ड्यूटी मजिस्ट्रेट लक्ष्य कुमार ने बताया कि ड्रग इंस्पेक्टर की टीम को शिकायत आई थी कि यहां पर बिना लाइसेंस क्लिनिक चलाया जा रहा था, जिसके बाद उन्होंने यहां रेड की। ड्रग इंस्पेक्टर अनुपमा कालिया के नेतृत्व में रेड कर रही टीम के मुताबिक वहां पर 102 तरह की दवाएं थी जिसके लिए लाइसेंस लेना पड़ता था, जो दुकानदार ने नहीं ले रखा, जिसके बाद उन्होंने स्टॉक को सीज कर दुकानदार के खिलाफ पंजाब ड्रग्स एंड कॉस्मेटिक एक्ट के अधीन मामला दर्ज कर लिया है। ब्यूरो फिर अचानक न्यूज जलंधर। सर एक्चुअली कुछ हैगे लोग जिहड़े कि मतलब मेरे नाल लगदे गए इस एरिए 'च, उन्होंने गलत कंप्लेन कराई भी इत्थे ड्रग्स वगैरह या इदां दा कुछ बेचा जांदा, तो उस आधार ते फिर उन्होंने रेड कीती पर उन्होंने कुछ नहीं मिलिया इत्थे। नॉर्मल मेडिसिन जिहड़े नहीं लाइसेंस वे कोई हैगा वो कहिंदे जिथों तुसीं लाइसेंस तुहाडा हैगा ना उन्हां ते साडा कोई केस चलदा पिआ, ते इस करके इस लाइसेंस नूं ही मंजूरी नहीं दिंदे। हाँ जी, ਕਿਹੜਾ ਲਾਇਸੈਂਸ ਹੈ? ਕਿਸ ਤੋਂ? ਸਰ ਪੈਰਾ ਮੈਡੀਕਲ ਕਾਉਂਸਲ ਹੈਗਾ ਮੋਹਾਲੀ ਤੋਂ, ਉੱਥੋਂ ਇੱਕ CMSED ਡਿਗਰੀ ਹੁੰਦੀ ਹੈ ਜਿਹਦੇ ਆਧਾਰ ਤੇ ਤੁਸੀਂ ਮਤਲਬ ਪ੍ਰੈਕਟਿਸ ਕਰ ਸਕਦੇ ਹੋ। ਸਰ ਮੈਡੀਸਨ ਦਾ, ਉਹ ਕਹਿੰਦੇ ਮੈਡੀਸਨ ਦਾ ਤੁਹਾਡੇ ਕੋਲ ਲਾਇਸੈਂਸ ਨਹੀਂ ਹੈ। ਹਾਂ, ਮੈਡੀਕਲ ਸਟੋਰ ਦਾ ਲਾਇਸੈਂਸ ਨਹੀਂ ਹੈਗਾ। ਕਿਹੜਾ ਮੈਡੀਸਨ ਤੁਹਾਡੇ ਕੋਲ 102 ਤਰ੍ਹਾਂ ਦੀ ਨਿਕਲੀ ਹੈਗੀ? ਹਾਂਜੀ, ਉਹਦਾ ਲਾਇਸੈਂਸ ਨਹੀਂ ਹੈ। ਕੀ ਇਹ ਸਹੀ ਹੈ ਜਾਂ ਗਲਤ ਹੈ? ਨਹੀਂ ਨਹੀਂ ਉਹਨਾਂ ਨੇ ਜਿਹੜੀ ਮੈਡੀਸਨ ਉਹਨਾਂ ਨੇ ਜਿਹੜੀ ਚੈੱਕ ਕੀਤੀ ਨਾ, ਉਹ ਕਹਿੰਦੇ ਸੀ ਵੀ ਇੰਨੀ ਜਿੱਦਾਂ ਇੰਨੀ ਵੈਰਾਈਟੀ ਦੀ ਮੈਡੀਸਨ ਜਿਹੜੀ ਆ ਉਹ ਤੁਸੀਂ ਨਹੀਂ ਰੱਖ ਸਕਦੇ, ਮੈਡੀਕਲ ਸਟੋਰ ਵਾਲੇ ਰੱਖ ਸਕਦੇ। ਕਿਉਂ ਤੁਹਾਡੇ ਨਾਲ, ਕਿਉਂ ਲੋਕ ਕਿਉਂ ਲੱਗਦੇ ਆ, ਕਿਹੜੇ ਤੁਹਾਡੀਆਂ ਸ਼ਿਕਾਇਤਾਂ ਵਾਰ ਵਾਰ ਹੋ ਰਹੀਆਂ? ਪਤਾ ਨਹੀਂ ਸਰ, ਮੇਰੇ ਕੋਲ ਪਤਾ ਲੋਕ ਆਉਂਦੇ ਆ, ਪੇਸ਼ੈਂਟ ਆਉਂਦੇ ਆ। ਕਿੰਨੇ 2 ਸਾਲ ਹੋ ਗਏ ਸਰ? 2 ਸਾਲ 'ਚ ਕੋਈ ਮੈਡੀਸਨ ਦਾ ਲਾਇਸੈਂਸ ਨਹੀਂ ਹੈ ਤੁਹਾਡੇ ਕੋਲ? ਮੇਰੇ ਕੋਲ ਸਰ ਜਿਹੜਾ ਹੈਗਾ ਲਾਇਸੈਂਸ ਉਹ ਇਹਨਾਂ ਨੇ ਕਿਹਾ ਵੀ ਹੁਣ ਉਹਨਾਂ 'ਤੇ FIR ਹੋਈ ਆ, ਉਹਨਾਂ ਦਾ ਵੀ ਕੋਈ ਚੱਕਰ ਪਿਆ ਜਿੱਥੋਂ ਦਾ ਤੁਹਾਡਾ ਲਾਇਸੈਂਸ ਆ, ਇਸ ਕਰਕੇ ਉਹਨੂੰ ਮਨਜ਼ੂਰੀ ਨਹੀਂ ਦੇ ਰਹੇ ਆਪਾਂ। ਤੁਸੀਂ ਹੁਣੇ ਕਿਹਾ ਨਾ ਮੈਡੀਸਨ ਦਾ ਮੇਰੇ ਕੋਲ ਲਾਇਸੈਂਸ ਨਹੀਂ ਹੈ। ਨਹੀਂ ਮੈਡੀਸਨ ਉਹ ਕਹਿੰਦੇ ਕਿ ਜੇ ਅਵਲੀ ਮੈਡੀਸਨ ਤੁਸੀਂ ਰੱਖਣੀ ਹੈ ਨਾ ਤਾਂ ਇਹਦੇ ਵਾਸਤੇ ਡਰੱਗ ਲਾਇਸੈਂਸ ਚਾਹੀਦਾ, ਪ੍ਰੋਪਰ ਮੈਡੀਕਲ। ਉਹ ਤੁਹਾਡੇ ਕੋਲ ਹੈ? ਨਹੀਂ ਉਹ ਹੈ ਨਹੀਂ ਸਰ। ਹਾਂਜੀ, ਇਹ ਮੈਡੀਕਲ ਸਟੋਰ ਇੱਕ ਓਪਰੇਟ ਕਰ ਰਹੇ ਸੀ ਵਿਦਆਊਟ ਲਾਇਸੈਂਸ, ਉਹਦੀ ਸਾਨੂੰ ਕੰਪਲੇਂਟ ਮਿਲੀ ਸੀ, ਅਤੇ ਉਹਦੇ ਰਿਗਾਰਡਿੰਗ ਅਸੀਂ ਚੈੱਕ ਕਰਨ ਆਏ ਸੀ। ਡਰੱਗ ਇੰਸਪੈਕਟਰ ਡਾਕਟਰ ਸਾਹਿਬ ਸਾਡੇ ਨਾਲ ਆਏ ਸੀ, ਅਤੇ ਇਹਨਾਂ ਨੇ ਚੈੱਕ ਕੀਤਾ, ਕੋਈ ਲਾਇਸੈਂਸ ਨਹੀਂ ਪਾਇਆ ਗਿਆ, ਤਾਂ ਫਿਰ ਕਾਨੂੰਨ ਅਨੁਸਾਰ ਜਿਹੜੇ ਡਰੱਗਸ ਵਗੈਰਾ ਹੈਗੇ ਆ ਉਹ ਸਾਰੇ ਸੀਜ਼ ਕਰ ਲਏ ਗਏ ਆ, ਬਾਕੀ ਕਾਨੂੰਨ ਅਨੁਸਾਰ ਅੱਗੇ ਕਾਰਵਾਈ ਕੀਤੀ ਜਾਊਗੀ। ਕੋਈ ਇਦਾਂ ਦੀ ਮੈਡੀਸਨ ਵੀ ਅੰਦਰੋਂ ਮਿਲੀ ਹੈ ਜਿਹੜੀ ਯੂਜ਼ ਨਹੀਂ ਕਰ ਸਕਦੇ? ਇਹ ਡਾਕਟਰ ਸਾਹਿਬ ਕਮੈਂਟ ਕਰ ਸਕਦੇ ਆ। ਸਰ ਕੀ ਤੁਹਾਡੇ ਵੱਲੋਂ ਕੀ ਕਾਰਵਾਈ ਹੋ ਰਹੀ ਹੈ? ਨਹੀਂ, ਸਾਡੇ ਵੱਲੋਂ ਤਾਂ ਹੁਣ ਮੈਂ ਐਜ਼ ਅ ਡਿਊਟੀ ਮੈਜਿਸਟ੍ਰੇਟ ਆਇਆ ਸੀ, SHO ਰਾਮਾ ਮੰਡੀ ਨਾਲ ਆਏ ਆ, ਜੋ ਵੀ ਟੈਕਨੀਕਲੀ ਹੋਏਗਾ ਇਹ ਦੇਖ ਲੈਣਗੇ, ਰਿਪੋਰਟ ਦੇ ਦੇਣਗੇ, ਉਸ ਤੋਂ ਬਾਅਦ ਜੋ ਵੀ ਕਾਰਵਾਈ ਹੋਏਗੀ ਪੁਲਿਸ ਵੱਲੋਂ ਕੀਤੀ ਜਾਏਗੀ। ਸਰ ਹੁਣ ਇਹ ਸੀਲ ਕੀਤੀ ਜਾਏਗੀ ਜਾਂ ਕੀ ਓਪਨ ਹੀ ਰਹੇਗੀ? ਜਿਹੜੇ ਡਰੱਗਸ ਇੱਥੇ ਮਿਲੇ ਸੀ ਮੈਡੀਸਿਨਸ ਉਹ ਅਸੀਂ ਇਹਨਾਂ ਨੇ ਆਪਣੀ ਪੋਜੈਸ਼ਨ 'ਚ ਲੈ ਲਏ ਆ, ਅਤੇ ਉਹਦੇ ਬਾਰੇ ਹੁਣ ਇਹ ਦੱਸ ਸਕਦੇ ਆ ਕਿ ਪ੍ਰੋਹਿਬਿਟਡ ਹੈ ਜਾਂ ਉਹ ਸੀਜ਼ ਕਰ ਲਏ ਗਏ। ਜਿਹੜੀ ਦੁਕਾਨ ਦੀ ਗੱਲ ਕਰੀਏ,
मैडम अनुपमा कालिया ड्रग इंस्पैक्टर जलंधर और असी आए थे इस जगह पर और चैकिंग करने से पाया गया कि इन्होंने काफ़ी सारिया दवाइया रखिया हुई सगिया होर काफ़ी सारा साजो समान सेगा इन्हों को ना कोई ड्रग लाइसेंस सेगा और ना ही कोई डॉक्टर की डिग्री या कोई होर चीज़ जिदे तहत ये ड्रग दवाइया रख सकते सके वो मौके पर नहीं दिखा सके असी 102 तरह दवाइया सीज कीतिया ने कुछ होर साजो समान सीज किया जो कल नूं कोर्ट में पेश करके फरदर जो भी कानूनी कार्रवाई होगी वो की जाए। रूटीन मेडिसिन शेड्यूल एच एंड हां शेड्यूल एच एंड एच1 ड्रग्स तो मैम अब तक की लाइसेंस ਉਹਨਾਂ ਕੋ ਹੈ ਨਹੀਂ ਕੀ ਕਾਰਵਾਈ ਤੁਹਾਡੇ ਵੱਲੋਂ ਕੀਤੀ ਜਾਵੇਗੀ ਜੋ ਵੀ ਐਸ ਪਰ ਲਾਅ ਐਕਟ ਦੇ ਅੰਡਰ ਜੋ ਵੀ ਪ੍ਰੋਸੀਡਿੰਗਸ ਹੋਣਗੀਆਂ ਉਹ ਫਰਦਰ ਕੀਤੀ ਜਾਵੇਗੀ ਕਿਹੜੀ ਦੁਕਾਨ ਹੋਣਾ ਬੰਦ ਕੀਤੀ ਜਾਏਗੀ ਜਾਂ ਓਪਨ ਹੀ ਰਹੇਗੀ ਨਹੀਂ ਅਸੀਂ ਸਾਰਾ ਸਟਾਕ ਸੀਜ਼ ਕਰ ਲਿਆ ਜੀ